ਵਿਗਿਆਨ ਵਿੱਚ ਹੋਈ ਤਰੱਕੀ ਨੇ ਸੰਤਾਨ ਪ੍ਰਾਪਤੀ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਹੱਲ ਖੋਜ ਲਿਆ ਹੈ। ਇਹ ਗੱਲਾਂ ਅੱਜ ਸਥਾਨਕ ਹੋਟਲ ਵਿਖੇ ਦ ਟੱਚ ਕਲੀਨਿਕ ਦੀ ਮੰਨੀ ਪ੍ਰਮੰਨੀ IVF ਮਾਹਿਰ ਡਾਕਟਰ ਪ੍ਰੀਤੀ ਜਿੰਦਲ ਨੇ ਪੱਤਰਕਾਰਤਾ ਮਿਲਣੀ ਦੌਰਾਨ ਸਾਂਝੀ ਕੀਤੀ। ਉਹਨਾਂ ਕਿਹਾ ਕਿ ਜੋ ਚਿੰਤਾਵਾਂ ਵਿਆਹਿਕ ਜੋੜਿਆਂ ਦੇ ਮਨ ਵਿੱਚ IVF ਨੂੰ ਲੈ ਕੇ ਰਹਿੰਦੀਆਂ ਸਨ, ਹੁਣ ਉਹ ਇਸ ਨਵੀਂ ਤਕਨੀਕ ਦਾ ਲਾਭ ਲੈ ਸਕਦੇ ਹਨ। ਉਹਨਾਂ ਦੱਸਿਆ ਹੈ ਕਿ PGS ਇੱਕ ਸਕਰੀਨਿੰਗ ਪ੍ਰਕਿਰਿਆ ਹੈ ਜਿਸ ਵਿੱਚ ਸਭ ਤੋਂ ਵੱਧ ਸਿਹਤਮੰਦ ਭਰੂਣ ਹੀ ਇੰਪਲਾਂਟ ਕੀਤੇ ਜਾਂਦੇ ਹਨ। ਮੈਂ ਡਾਕਟਰ ਪ੍ਰੀਤੀ ਜਿੰਦਲ, ਡਾਇਰੈਕਟਰ ਦਾ ਟੱਚ ਕਲੀਨਿਕ, ਜੋ ਇੱਕ ਬਹੁਤ ਐਡਵਾਂਸਡ IVF ਸੈਂਟਰ ਹੈ ਮੋਹਾਲੀ ਮੇ, ਵਹਾਂ ਪਰ ਹਮਨੇ ਇੱਕ ਨਈ ਟੈਕਨੀਕ ਕੋ ਇੰਟਰੋਡਿਊਸ ਕਰਾਇਆ ਹੈ IVF ਯਾਨੀ ਕਿ ਟੈਸਟ ਟਿਊਬ ਬੇਬੀ ਕੀ ਸਕਸੈਸ ਕੇ ਲਿਏ। ਇਸ ਦਾ ਨਾਮ ਹੈ PGS, ਪ੍ਰੀ ਇੰਪਲਾਂਟੇਸ਼ਨ ਜੈਨੇਟਿਕ ਸਕਰੀਨਿੰਗ। ਆਪ ਸਭ ਲੋਕ ਜਾਣਤੇ ਹੈ ਕਿ IVF ਕਾ ਸਕਸੈਸ ਰੇਟ ਕਮ ਹੋਤਾ ਹੈ, ਔਰ ਇਹ ਕਈ ਵਾਰ ਦੇਖਾ ਗਿਆ ਹੈ ਕਿ ਜਿਨਕੇ ਐਮਬਰੀਓਜ਼ ਯਾਨੀ ਕਿ ਭੂਣ ਅੱਛੇ ਬਨ ਜਾਤੇ ਹੈ ਔਰ ਵੋ ਟ੍ਰਾਂਸਫਰ ਵੀ ਕਰ ਦੀਏ ਜਾਤੇ ਹੈ, ਫਿਰ ਵੀ IVF ਸਕਸੈਸਫੁਲ ਨਹੀਂ ਹੋਤਾ। ਉਸਕਾ ਮੇਨ ਕਾਰਨ ਇਹ ਹੋਤਾ ਹੈ ਕਿ ਜੋ ਐਮਬਰੀਓ ਟ੍ਰਾਂਸਫਰ ਕੀਏ ਜਾਤੇ ਹੈ ਵੋ ਜੈਨੇਟਿਕਲੀ ਐਬਨੋਰਮਲ ਹੋਤੇ ਹੈ। ਤੋ ਜੈਨੇਟਿਕਲੀ ਐਬਨੋਰਮਲ ਐਮਬਰੀਓਜ਼ ਕਿਉਂ ਟ੍ਰਾਂਸਫਰ ਕੀਏ ਜਾਤੇ ਹੈ? ਦ ਰੀਜ਼ਨ ਬੀਂਗ ਕਿ ਜੋ ਜੈਨੇਟਿਕਲੀ ਐਬਨੋਰਮਲ ਐਮਬਰੀਓ ਵੋ ਦੇਖਨੇ ਮੇ ਬਿਲਕੁਲ ਨਾਰਮਲ ਲਗਤੇ ਹੈ। ਅਗਰ ਕਿਸੀ ਲੇਡੀ ਕੇ 10 ਐਮਬਰੀਓ ਬਨੇ ਹੈ ਤੋ ਉਨਮੇ ਸੇ ਕੁਦਰਤੀ 3 ਯਾ 4 ਐਮਬਰੀਓ ਜੈਨੇਟਿਕਲੀ ਐਬਨੋਰਮਲ ਹੋਂਗੇ। ਅਬ ਉਨਕੋ ਅਗਰ ਹਮ ਐਸੀ ਨਾਰਮਲੀ ਦੇਖੇ ਤੋ ਵੋ ਬਿਲਕੁਲ ਸਹੀ ਲਗਤੇ ਹੈ। ਇਨ ਐਮਬਰੀਓਜ਼ ਕੀ ਹਮ ਲੇਜ਼ਰ ਸੇ ਏਕ ਸੈੱਲ ਕੀ ਜਾਂਚ ਕਰਤੇ ਹੈ, ਉਸਕੀ ਏਕ ਸੈੱਲ ਕੀ ਬਾਇਪਸੀ ਲੇਤੇ ਹੈ ਔਰ ਉਸਕੋ ਸਪੇਨ ਭੇਜਾ ਜਾਤਾ ਹੈ, ਜਹਾਂ ਸੇ ਹਮੇ ਉਨਕਾ ਜੈਨੇਟਿਕ ਮੇਕਅਪ ਪਤਾ ਚਲ ਜਾਤਾ ਹੈ। ਜੋ ਐਬਨੋਰਮਲ ਐਮਬਰੀਓਜ਼ ਹੈ ਉਨਕੋ ਡਿਸਕਾਰਡ ਕਰ ਦੇਤੇ ਹੈ ਔਰ ਜੋ ਨਾਰਮਲ ਐਮਬਰੀਓ ਹੈ ਉਨਕੋ ਹੀ ਟ੍ਰਾਂਸਫਰ ਕੀਆ ਜਾਤਾ ਹੈ। ਤੋ ਯੇ ਆਪ ਸਭ ਸਮਝ ਸਕਤੇ ਹੈ ਕਿ ਅਗਰ ਨਾਰਮਲ ਐਮਬਰੀਓ ਟ੍ਰਾਂਸਫਰ ਹੋਂਗੇ ਤੋ ਓਬਵੀਅਸਲੀ ਸਕਸੈਸ ਰੇਟ ਇੰਪਰੂਵ ਹੋ ਜਾਤਾ ਹੈ। ਇਸਕਾ ਫਾਇਦਾ ਉਨ ਲੋਗੋ ਕੋ ਵੀ ਹੋਤਾ ਹੈ ਜਿਨਕੇ ਪਹਿਲਾ ਏਕ ਬੇਬੀ ਐਬਨੋਰਮਲ ਹੈ ਯਾ ਜੋ ਜੈਨੇਟਿਕਲੀ ਐਬਨੋਰਮਲ ਜੀਨਸ ਕੇ ਕੈਰੀਅਰ ਹੈ, ਕਿਉਂਕਿ ਐਸੇ ਮੇ ਉਨਕੋ ਨੈਕਸਟ ਪ੍ਰੈਗਨੈਂਸੀ ਵੀ ਐਬਨੋਰਮਲ ਹੋਣੇ ਕਾ ਰਿਸਕ ਬਹੁਤ ਜ਼ਿਆਦਾ ਹੋਤਾ ਹੈ। ਤੋ ਐਸੇ ਲੋਗੋ ਮੇ ਵੀ ਅਗਰ IVF ਕਰੇ ਔਰ ਉਨਕੇ ਐਮਬਰੀਓ ਕੀ ਜਾਂਚ ਕੀ ਜਾਏ ਔਰ ਉਸਮੇ ਸੇ ਐਬਨੋਰਮਲ ਐਮਬਰੀਓ ਹਟਾ ਕੇ ਜੋ ਨਾਰਮਲ ਹੈ ਉਨਕੋ ਹੀ ਟ੍ਰਾਂਸਫਰ ਕੀਆ ਜਾਏ ਤੋ ਜੈਨੇਟਿਕਲੀ ਐਬਨੋਰਮਲ ਪ੍ਰੋਬਲਮਸ ਕੇ ਚਾਂਸਿਸ ਬਹੁਤ ਕਮ ਹੋ ਜਾਤੇ ਹੈ। ਤੀਸਰਾ, ਅੱਜਕਲ ਕੈਂਸਰ ਬਹੁਤ ਜ਼ਿਆਦਾ ਰਾਈਸ ਪਰ ਹੈ, ਤੋ ਜਿਨ ਲੋਗੋ ਕੋ ਅਨਫੋਰਚੁਨੇਟਲੀ ਕੈਂਸਰ ਡਾਇਗਨੋਸਡ ਹੈ ਔਰ ਉਨਕੀ ਫੈਮਿਲੀ ਲਾਈਫ ਕੰਪਲੀਟ ਨਹੀਂ ਹੈ, ਉਨ ਲੋਗੋ ਕੋ ਵੀ ਆਪਣੇ ਸਪਰਮਸ ਔਰ ਐਗਸ ਫ੍ਰੀਜ਼ ਕਰਾ ਲੈਣੇ ਚਾਹੀਏ, ਕਿਉਂਕਿ ਕੀਮੋਥੈਰੇਪੀ ਔਰ ਰੇਡੀਓਥੈਰੇਪੀ ਸੇ ਨਾ ਸਿਰਫ ਉਨਕੀ ਕਾਊਂਟ ਕਮ ਹੋਤੀ ਹੈ ਬਲਕਿ ਜੋ ਗੈਮੀਟਸ ਹੋਤੇ ਹੈ ਸਪਰਮ ਔਰ ਐਗਸ ਵੋ ਜੈਨੇਟਿਕਲੀ ਐਬਨੋਰਮਲ ਹੋਣੇ ਕੇ ਚਾਂਸਿਸ ਬੜ ਜਾਤੇ ਹੈ। ਤੋ ਅਗਰ ਵੋ ਪਹਿਲੇ ਸੇ ਹੀ ਫ੍ਰੀਜ਼ ਕਰਾ ਲੇਂਗੇ ਤੋ ਉਨਕੇ ਸਕਸੈਸ ਰੇਟ ਆਫਟਰ ਟ੍ਰੀਟਮੈਂਟ ਇਜ਼ ਬੈਟਰ। ਸੈਕਿੰਡਲੀ, ਉਨਮੇ ਵੀ PGS ਕਾ ਯੂਜ਼ ਕੀਆ ਜਾ ਸਕਤਾ ਹੈ। PGS ਇੱਕ ਐਕਸਪੈਂਸਿਵ ਟੈਕਨੀਕ ਹੈ, ਤਭੀ ਅਭੀ ਤੱਕ ਬਹੁਤ ਜਗ੍ਹਾ ਪੇ ਅਵੇਲੇਬਲ ਨਹੀਂ ਹੈ। ਨਾਰਥ ਇੰਡੀਆ ਕੇ ਉੱਪਰ ਸਿਰਫ ਹਮਾਰੇ ਸੈਂਟਰ ਪੇ ਹੈ, ਤੋ ਐਸਾ ਕਿਉਂ ਹੈ? ਇਸਕਾ ਰੀਜ਼ਨ ਹੈ ਕਿ ਇਹ ਹਰ ਜਣਾ ਨਹੀਂ ਕਰ ਸਕਤਾ। ਇਸਕੇ ਲਈ ਟੈਕਨੀਕਲੀ ਬਹੁਤ ਜ਼ਿਆਦਾ ਡਿਮਾਂਡਿੰਗ ਟੈਕਨੀਕ ਹੈ, ਲੇਜ਼ਰ ਕੀ ਜ਼ਰੂਰਤ ਪੜਤੀ ਹੈ, ਬਹੁਤ ਐਡਵਾਂਸ ਲੈਬ ਕੀ ਜ਼ਰੂਰਤ ਪੜਤੀ ਹੈ। ਹਮਾਰੀ ਲੈਬ ਕੋ ਸਪੇਨ ਸੇ ਵੈਲੀਡੇਸ਼ਨ ਮਿਲਾ ਹੁਆ ਹੈ ਇੰਟਰਨੈਸ਼ਨਲੀ ਕਿ ਇਟ ਇਜ਼ ਵਨ ਆਫ ਦ ਆਈਡੀਅਲ ਲੈਬਸ ਫੋਰ ਡੂਇੰਗ PGS। ਅਬ ਇਸਮੇ ਜੋ ਅਗਰ ਆਪ ਡੇਲੀ ਯਾ ਉਸਕੇ ਆਗੇ ਕਹੀਂ ਜਾਤੇ ਹੈ ਤੋ ਆਰਾਮ ਸੇ 2.5-3 ਲੱਖ ਰੁਪਏ ਲੱਗ ਜਾਤਾ ਹੈ ਸਿਰਫ PGS ਕਾ। ਹਮ ਇਸਕੋ ਐਜ਼ ਅ ਸੋਸ਼ਲ ਸਰਵਿਸ, ਹਮ ਇਸਕੋ ਬਿਲਕੁਲ ਕੋਸਟ ਟੂ ਕੋਸਟ 170 ਤੱਕ ਮੇ ਕਰਕੇ ਆਪਣੇ ਪੇਸ਼ੈਂਟਸ ਕੋ ਦੇ ਰਹੇ ਹੈ। ਹਾਂ, ਜੈਨੇਟਿਕ ਪ੍ਰੋਬਲਮ ਸੇ ਬਚਾ ਜਾ ਸਕਤਾ ਹੈ, ਵਾਲੀ ਜੈਨੇਟਿਕ ਪ੍ਰੋਬਲਮ ਜੋ ਪੇਰੈਂਟਸ ਸੇ ਬੱਚੋਂ ਮੇ ਟ੍ਰਾਂਸਫਰ ਹੋ ਜਾਤੀ ਹੈ, ਜੈਸੇ ਕਿ ਥੈਲੇਸੀਮੀਆ ਹੈ। ਥੈਲੇਸੀਮੀਆ ਇੱਕ ਕੰਡੀਸ਼ਨ ਹੈ ਜਿਸ ਮੇ ਖੂਨ ਨਹੀਂ ਬਣਤਾ, ਪੰਜਾਬ ਮੇ ਬਹੁਤ ਕਾਮਨ ਹੈ। ਦੂਸਰੇ ਹੈ, ਆਪਣੇ ਦੇਖੇ ਹੋਗੇ ਕਈ ਮੈਂਟਲੀ ਰਿਟਾਰਡਡ ਬੱਚੇ ਹੋਤੇ ਹੈ, ਬੇਚਾਰੇ ਵੋ ਚੱਲ ਨਹੀਂ ਪਾਤੇ, ਬੈਠ ਨਹੀਂ ਪਾਤੇ। ਐਸੇ ਮੇ ਉਨਕਾ IVF ਕਰਕੇ ਉਨਕੇ ਐਮਬਰੀਓ ਕੀ ਬਾਇਪਸੀ ਕਰਕੇ ਉਸਕੋ ਜਾਂਚ ਕੇ ਲਈ ਭੇਜਾ ਜਾਤਾ ਹੈ ਸਪੇਨ, ਔਰ ਉਸਮੇ ਸੇ ਸੈਲਸ ਮੇ ਸੇ ਜੋ ਨਾਰਮਲ ਐਮਬਰੀਓ ਹੋਤੇ ਹੈ ਉਨ੍ਹੀਂ ਕੋ ਟ੍ਰਾਂਸਫਰ ਕਰਤੇ ਹੈ, ਤੋ ਇਨ ਬਿਮਾਰੀਓ ਸੇ ਬਚਾ ਜਾ ਸਕਦਾ। ਟਿਪਸ ਇਹ ਹੈ ਕਿ ਸਬਸੇ ਪਹਿਲੇ ਤੋ ਹਰ ਕਪਲ ਨੇ ਕੋਸ਼ਿਸ਼ ਕਰਨੀ ਚਾਹੀਏ ਕਿ ਜਿਤਨੀ ਜਲਦੀ ਹੋ ਸਕੇ ਜਬ ਉਨਕੇ ਪਾਸ ਸਹੂਲੀਅਤ ਹੋ ਪ੍ਰੈਗਨੈਂਸੀ ਕੀ ਜਾਏ, ਕਿਉਂਕਿ ਅਗਰ ਹਮ 25-33 ਸਾਲ ਕੀ ਉਮਰ ਕੇ ਬੀਚ ਮੇ ਪ੍ਰੈਗਨੈਂਸੀ ਪਲਾਨ ਕਰਤੇ ਹੈ ਤੋ ਕਾਫੀ ਪ੍ਰੋਬਲਮਸ ਆਪਣੇ ਆਪ ਹੀ ਸੋਲਵ ਹੋ ਜਾਤੀ ਹੈ। ਇਨਫਰਟੀਲਿਟੀ ਕੀ ਪ੍ਰੋਬਲਮ ਬੜੀ ਇਸ ਲਈ ਰਹੀ ਹੈ ਕਿਉਂਕਿ ਅੱਜ ਕੱਲ ਜੋ ਕਪਲਸ ਹੈ ਵੋ ਲੇਟ ਪ੍ਰੈਗਨੈਂਸੀ ਟਰਾਈ ਕਰਤੇ ਹੈ। ਦੂਸਰਾ, ਨਸ਼ੇ ਕੀ ਆਦਤ, ਨਸ਼ੇ ਸੇ ਸਮੋਕਿੰਗ, ਐਲਕੋਹਲ, ਡਰੱਗਸ ਸੇ ਵੀ ਹਾਰਮਫੁਲ ਇਫੈਕਟਸ ਹੋਤੇ ਹੈ, ਇਨਫਰਟੀਲਿਟੀ ਬੜ ਰਹੀ ਹੈ। ਤੀਸਰਾ, ਮੈਂਟਲ ਸਟ੍ਰੈਸ, ਚੌਥਾ ਪੋਲਿਊਸ਼ਨ, ਪਾਂਚਵਾਂ ਪੈਸਟੀਸਾਈਡਸ, ਆਲ ਦੀਸ ਥਿੰਗਸ ਆਰ ਰਿਸਪੋਂਸੀਬਲ ਫਾਰ ਇਨਕਰੀਜ ਇਨ ਇਨਫਰਟੀਲਿਟੀ ਐਂਡ ਐਬਨੋਰਮੈਲਿਟੀ। ਈਟ ਹੈਲਦੀ, ਲਿਵ ਹੈਲਦੀ ਐਂਡ ਬੀ ਹੈਲਦੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।